ਪਿਆਰੇ ਬੱਚਿਓ ਅੱਜ ਅਸੀਂ ਕਲਾਸ 8ਵੀਂ ਦਾ ਅਧਿਆਇ 12 ਰਗੜ ਦੇ ਵਿਆਸ ਦੇ ਪ੍ਰਸ਼ਨਾਂ ਦੀ ਦੁਹਰਾਈ ਹੈ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਆਓ ਆਪਾਂ ਸ਼ੁਰੂ ਕਰੀਏ ਹਾਂਜੀ ਬੱਚਿਓ ਸਭ ਤੋਂ ਪਹਿਲਾ ਜਿਹੜਾ ਸਾਡੇ ਕੋਲੇ ਪ੍ਰਸ਼ਨ ਆਂਦਾ ਹੈ ਇਹ ਇਹਦੇ ਵਿੱਚ ਆਂਦੀਆਂ ਨੇ ਸਾਡੇ ਕੋਲੇ ਖਾਲੀ ਥਾਵਾਂ ਪਹਿਲੀ ਖਾਲੀ ਥਾਂ ਸਾਡੇ ਕੋਲੇ ਕੀ ਹੈ ਰਗੜ ਇੱਕ ਦੂਜੇ ਤੇ ਇੱਕ ਦੂਜੇ ਤੇ ਸੰਪਰਕ ਵਿੱਚ ਰੱਖੀਆਂ ਦੋ ਵਸਤਾਂ ਦੀ ਸਤਾ ਦੇ ਵਿੱਚ ਕਿਸ ਦਾ ਵਿਰੋਧ ਕਰਦੀ ਹੈ ਹਮੇਸ਼ਾ ਗਤੀ ਦਾ ਵਿਰੋਧ ਕਰਦੀ ਹੈ ਦੂਸਰਾ ਰਗੜ ਸਤਾ ਦੇ ਡੈਸ਼ ਉੱਤੇ ਨਿਰਭਰ ਕਰਦੀ ਹੈ ਕਿਸ ਦੇ ਉੱਪਰ ਨਿਰਭਰ ਕਰਦੀ ਹੈ ਸਭਾ ਦੇ ਉੱਪਰ ਤੀਸਰਾ ਰਗੜ ਨਾਲ ਕੀ ਪੈਦਾ ਹੁੰਦਾ ਹੈ ਰਗੜ ਦੇ ਨਾਲ ਹਮੇਸ਼ਾ ਗਰਮੀ ਆ ਜਿਹੜੀ ਪੈਦਾ ਹੁੰਦੀ ਹੈ ਚੌਥਾ ਜਦੋਂ ਵਿੱਚੋਂ ਕੈਰਮ ਬੋਰਡ ਉੱਤੇ ਪਾウダー ਛਿੜਕਿਆ ਜਾਂਦਾ ਹੈ ਦਾ ਰਗੜ ਕੀ ਹੋ ਜਾਂਦੀ ਹੈ ਘਟ ਹੋ ਜਾਂਦੀ ਹੈ ਅੱਗੇ ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਕੀ ਹੁੰਦੀ ਆ ਹਮੇਸ਼ਾ ਘੱਟ ਹੁੰਦੀ ਹੈ ਹਾਂਜੀ ਬੱਚਿਓ ਦੂਸਰਾ ਪ੍ਰੇਸ਼ਨ ਹੈ ਚਾਰ ਬੱਚਿਆਂ ਨੂੰ ਬਿਲ ਨਹੀਂ ਰਗੜ ਸਥਿਤਿਕ ਰਗੜ ਅਤੇ ਸਰਕਣਸ਼ੀਲ ਰਗੜ ਦੇ ਕਾਰਨ ਬਲਾਂ ਨੂੰ ਘਟ ਦੇ ਰੂਪ ਵਿੱਚ ਵਿਵਸਥਿਤ ਕਰਨ ਲਈ ਹੈ ਜਿਹੜਾ ਕਿਹਾ ਗਿਆ ਉਹਨਾਂ ਦੀ ਵਿਵਸਥਾ ੇਠਾ ਦਿੱਤੀ ਹੈ ਜ ਦਿੱਤੀ ਗਈ ਹੈ ਆਪਣੇ ਸਹੀ ਵਿਵਸਥਾ ਚੁਣੀ ਹੈ ਤਾਂ ਬੱਚਿਓ ਇਸ ਦੇ ਵਿੱਚੋਂ ਈਡੀ ਅਨਸਰ ਆਏਗਾ ਸਭ ਤੋਂ ਪਹਿਲਾਂ ਕਿਹਣੀ ਆਂਦੀ ਹੈ ਸਥਿਤਿਕ ਫਿਰ ਕਿਹੜੀ ਆਂਦੀ ਹੈ ਸਰਕਨਸ਼ੀਲ ਫਿਰ ਕਿਹੜੀ ਆਂਦੀ ਹੈ ਸਾਡੇ ਕੋਲੇ ਬੇਲਣੀ ਹਾਂਜੀ ਬੱਚਿਓ ਸਾਡੇ ਕੋਲੇ ਤੀਸਰਾ ਪ੍ਰਸ਼ਨ ਆਂਦਾ ਆਲੀਦਾ ਆਪਣੇ ਖੜਾਉਣਾ ਕਾਰ ਨੂੰ ਸੰਗਮਰਮਰ ਦੇ ਸੁੱਕੇ ਫਰਸ਼ ਸੰਗਮਰਮਰ ਦੇ ਗਿੱਲੇ ਫਰਸ਼ ਫਰਸ਼ ਉੱਤੇ ਵਿਛਾਏ ਅਖਵਾਰ ਅਤੇ ਤੋਲੀਏ ਉੱਤੇ ਚਲਾਉਂਦੀ ਹੈ ਕਾਰ ਵਿੱਚ ਬੱਖ-ਬੱਖ ਸਤਾ ਉੱਤੇ ਲੱਗੇ ਰਗੜਵਲ ਦਾ ਕਰਮ ਕੀ ਹੋਏਗਾ ਸਭ ਤੋਂ ਪਹਿਲਾਂ ਬੱਚਿਓ ਆਪਾਂ ਇਹ ਦੇਖਣਾ ਹੈ ਰਗੜ ਕਿੱਥੇ ਘਟਦੀ ਹੈ ਸਭ ਤੋਂ ਪਹਿਲਾਂ ਰਗੜ ਘਟੂ ਹੁੰਦੀ ਹੈ ਸੰਗਵਰ ਵਰਦੇ ਗਿੱਲੇ ਫਰਸ਼ ਤੇ ਫਿਰ ਥੋੜੀ ਜਿਹੀ ਰਗੜ ਵਧਣ ਲੱਗ ਜਾਂਦੀ ਹੈ ਫਿਰ ਆਂਦਾ ਹੈ ਸੰਗਵਰ ਵਰਦਾ ਸੁੱਕਾ ਫਰਸ਼ ਫਿਰ ਥੋੜੀ ਰਗੜ ਹੋਰ ਵਧ ਜਾਂਦੀ ਹੈ ਅਖਬਾਰ ਤੇ ਹੋਰ ਰਗੜ ਹੈ ਜਿਹੜੀ ਵਧ ਜਾਂਦੀ ਹੈ ਉਹ ਆਂਦੀ ਹੈ ਤੋਲਿਏ ਤੇ ਤਾਂ ਇਸ ਦਾ ਜਿਹੜਾ ਉੱਤਰ ਆਏਗਾ ਉਹ ਸਾਡੇ ਕੋਲ ਹੈਗਾ ਉੜਾ ਪਹਿਲਾ ਆਨਸਰ ਆਏਗਾ ਹਾਂਜੀ ਬੱਚਿਓ ਅਗਲਾ ਪ੍ਰੇਸ਼ਨ ਆਂਦਾ ਹੈ ਮੰਨ ਲਓ ਤੁਸੀਂ ਆਪਣੇ ਡੈਸਕ ਨੂੰ ਥੋੜਾ ਝੁਕਾਉਂਦੇ ਹੋ ਉਸ ਉੱਤੇ ਰੱਖੀ ਹੋਈ ਕਿਤਾਬ ਵੱਲ સરਕਣਾ ਸ਼ੁਰੂ ਕਰ ਦਿੰਦੀ ਹੈ ਇਹਨਾਂ ਉੱਤੇ ਲੱਗੇ ਰਗੜ ਵੱਲ ਦੀ ਦਿਸ਼ਾ ਕਿਹੜੀ ਹੋਏਗੀ ਬੱਚਿਓ ਰਗੜ ਵੱਲ ਦੀ ਜਿਹੜੀ ਦਿਸ਼ਾ ਹੈ ਕਿਤਾਬ ਦੀ ਗਤੀ ਦੀ ਦਿਸ਼ਾ ਤੋਂ ਉਲਟ ਹੋਏਗੀ ਤੇ ਉੱਪਰ ਵੱਲ ਹੋਏਗੀ ਜਿਵੇਂ ਕਿ ਤੁਸੀਂ ਇੱਥੇ ਚਿੱਤਰ ਵਿੱਚ ਜਿਹੜਾ ਦੇਖ ਸਕਦੇ ਹੋ ਹਾਂਜੀ ਬੱਚਿਓ ਪ੍ਰੇਸ਼ਨ ਪੰਜਵਾਂ ਮਨ ਲਓ ਦੁਰਘਟਨਾਤਾਰਣ ਸਾਬਨ ਦੇ ਪਾਣੀ ਨਾਲ ਭਰੀ ਬਾਲਟੀ ਸੰਗਮਰਮਰ ਦੇ ਕਿਸੇ ਫਰਸ਼ ਉੱਤੇ ਉਲਟ ਜਾਏ ਇਸ ਨਾਲ ਗਿੱਲੇ ਫਰਸ਼ ਉੱਤੇ ਚੱਲਣਾ ਆਸਾਨ ਹੋਵੇਗਾ ਜਾਂ ਔਖਾ ਹੋਵੇਗਾ ਆਪਣੇ ਉੱਤਰ ਦਾ ਕਾਰਨ ਦੱਸੋ ਹਾਂਜੀ ਬੱਚਿਓ ਜਦੋਂ ਗਿੱਲੇ ਫਰਸ਼ ਉੱਤੇ ਚੱਲਣਾ ਹਮੇਸ਼ਾ ਔਖਾ ਹੋਵੇਗਾ ਕਿਉਂਕਿ ਸਾਬਨ ਨਾਲ ਗਿੱਲੇ ਫਰਸ਼ ਦੀ ਜਿਹੜੀ ਰਗੜਾ ਘਟ ਜਾਵੇਗੀ ਜਿਸ ਕਰਕੇ ਅਸੀਂ ਤਿਲਕ ਕੇ ਜੜਾ ਡਿਗ ਵੀ ਸਕਦੇ ਹਾਂ ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਹਾਂਜੀ ਬੱਚਿਓ ਆਪਣੇ ਕੋਲੇ ਅਗਲਾ ਪ੍ਰਸ਼ਨ ਹੁੰਦਾ 6ਮਾ ਖਿਡਾਰੀ ਕਿੱਲਾਂ ਵਾਲੀ ਜੁੱਤੀ ਕਿਉਂ ਪਹੰਦੇ ਹਨ ਵਿਆਖਿਆ ਕਰੋ ਤੁਸੀਂ ਦੇਖਦੇ ਹੋਵੋਗੇ ਕੁਝ ਖਿਡਾਰੀ ਨੇ ਜਿਹੜੇ ਇਸ ਤਰ੍ਹਾਂ ਦੀਆਂ ਸੂਈ ਵਰਗੀਆਂ ਮੇਖਾਂ ਵਰਗੇ ਬੂਟ ਨੇ ਜਿਹੜੇ ਪਾੰਦੇ ਨੇ ਕਿਉਂ ਪਾੰਦੇ ਨੇ ਬੱਚਿਓ ਕਿੱਲਾਂ ਵਾਲੀ ਜੁੱਤੀ ਗਰਾਉਂਡ ਨਾਲ ਖਿਡਾਰੀ ਦੀ ਜਕੜ ਵਧਾ ਕੇ ਰਗੜਾ ਜਿਹੜੀ ਵਧਾ ਦਿੰਦੀ ਹੈ ਇਸ ਲਈ ਖਿਡਾਰੀ ਬਿਨਾ ਤਿਲਕੇ ਤੇ ਜੀ ਨਾਲ ਹੈ ਜਿਹੜਾ ਭੱਜ ਜਾ ਰੁਕ ਸਕਦੇ ਨੇ ਅੱਗੇ ਵਿੱਚੋਂ 7ਵਾਂ ਪ੍ਰਸ਼ਨ ਆਉਂਦਾ ਹੈ ਇਕਵਾਨ ਨੇ ਇੱਕ ਹਲਕਾ ਬਕਸਾ ਧੱਕਣਾ ਹੈ ਅਤੇ ਸੀਮਾ ਨੇ ਉਸ ਫਰਸ਼ ਉੱਤੇ ਭਾਰੀ ਬਕਸਾ ਜਿਹੜਾ ਧੱਕਣਾ ਹੈ ਕੌਣ ਵਧੇਰੇ ਰਗੜ ਵਾਲਾ ਜਿਹੜਾ ਅਨੁਭਵ ਕਰੇਗਾ ਅਤੇ ਕਿਉਂ ਕਰੇਗਾ ਹੁਣ ਬੱਚਿਓ ਇੱਕ ਬਕਸਾ ਹੈ ਆਪਣੇ ਕੋਲੇ ਹਲਕਾ ਔਰ ਇੱਕ ਹੈ ਆਪਣੇ ਕੋਲੇ ਭਾਰੀ ਇਹਦੇ ਵਿੱਚ ਪੁੱਛਿਆ ਗਿਆ ਵੀ ਰਗੜ ਵਾਲ ਕਿਸ ਤੇ ਵੱਧ ਅਨੁਭਵ ਹੋਏਗਾ ਤਾਂ ਬੱਚਿਓ ਭਾਰੇ ਬਕਸੇ ਦੀਆਂ ਅਨਿਜਮਤਾਵਾਂ ਫਰਸ਼ ਦੀਆਂ ਅਨਿਜਮਤਾਵਾਂ ਨਾਲ ਬਿਤੇਰੇ ਅੰਤਰਵੰਦਨ ਬਣਾਉਂਦੀਆਂ ਨੇ ਇਸ ਲਈ ਸੀਮਾ ਜੜੀ ਬਿਤੇਰੇ ਰਗੜ ਅਨੁਭਵ ਕਰੇਗੀ ਕਿਉਂਕਿ ਸੀਮਾ ਕਿਹੜੇ ਬਕਸੇ ਨੂੰ ਤੱਕ ਰਹੀ ਸੀ ਭਾਰੇ ਬਕਸੇ ਨੂੰ ਤੱਕ ਰਹੀ ਸੀ ਅਗਲਾਂ ਦਾ ਬੱਚਿਓ 8ਵਾਂ ਪ੍ਰਸ਼ਨ ਵਿਆਖਿਆ ਕਰੋ ਸਰਕੋਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਘੱਟ ਕਿਉਂ ਹੁੰਦੀ ਹੈ ਹਾਂਜੀ ਪਿਆਰੇ ਬੱਚਿਓ ਜਦੋਂ ਇੱਕ ਵਸਤੂ ਦੂਜੀ ਵਸਤੂ ਉਤੇ ਗਤੀ ਕਰਨ ਲੱਗਦੀ ਹੈ ਤਾਂ ਦੋਵੇਂ ਅਵਸਥਾਵਾਂ ਦੀ ਸਤ੍ਹਾ ਨੂੰ ਆਪਸ ਵਿੱਚ ਅੰਤਰਬੰਧਨ ਬਣਾਉਣ ਲਈ ਕੀ ਲੱਗਦਾ ਹੈ ਘੱਟ ਸਮਾਂ ਲੱਗਦਾ ਹੈ ਇਸ ਲਈ ਅਸੀਂ ਕਹਿੰਦੇ ਆਂ ਵੀ ਜਿਹੜੀ ਸਰਕਨ ਸ਼ੀਲ ਰਗੜਣਾ ਹੈ ਉਹ ਸਥਿਤਿਕ ਰਗੜ ਨਾਲੋਂ ਘੱਟ ਹੁੰਦੀ ਹੈ ਹਾਂਜੀ ਬੱਚਿਓ ਆਪਣੇ ਕੋਲੇ ਨੋਮਾ ਪ੍ਰੈਸ਼ਨ ਆਉਂਦਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਇਆ ਹੈ ਇਹ ਵਰਣਨ ਕਰੋ ਕਿ ਰਗੜ ਕਿਸ ਤਰ੍ਹਾਂ ਦੁਸ਼ਮਣ ਹੈ ਅਤੇ ਮਿੱਤਰ ਦੋਵੇਂ ਹੈ ਸਭ ਤੋਂ ਪਹਿਲਾਂ ਅੱਪਾ ਮਿੱਤਰ ਦੀ ਗੱਲ ਕਰਦੇ ਆਂ ਦੇਖੋ ਬੱਚਿਓ ਇੱਕ ਤਾਂ ਸੀਸ ਨਾਲ ਚੱਲ ਸਕਦੇ ਆਂ ਦੂਸਰਾ ਬੱਚਿਓ ਅਸੀਂ ਇਸ ਨਾਲ ਲਿਖ ਸਕਦੇ ਆਂ ਤੀਸਰਾ ਬੱਚਿਓ ਅਸੀਂ ਬਾਨਾ ਦੇ ਬ੍ਰੇਕ ਲਗਾ ਕੇ ਬਾਨਾ ਨੂੰ ਰੋਕ ਸਕਦੇ ਆਂ ਚੌਥਾ ਬੱਚਿਓ ਅਸੀਂ ਕਿਸੇ ਵਸਤੂ ਇਸ ਨਾਲ ਪਕੜ ਸਕਦੇ ਆਂ ਅੱਗੇ ਆਂਦਾ ਬੱਚਿਓ ਰਗੜ ਦੁਸ਼ਮਣ ਹੈ ਕਿਉਂ ਹੈ ਕਿਉਂਕਿ ਇਸ ਨਾਲ ਬੱਚਿਓ ਕੀ ਹੁੰਦਾ ਬਾਨਾ ਦੇ ਟਾਇਰ ਨੇ ਜਿਹੜੇ ਘਸੀ ਜਾਂਦੇ ਨੇ ਮਸ਼ੀਨਾਂ ਦੇ ਪੁਰਜਾਂ ਦੀ ਟੁੱਟ ਭੱਜ ਜਿਹੜੀ ਵੱਧ ਜਾਂਦੀ ਹੈ ਇਸ ਨਾਲ ਬੱਚਿਓ ਕਾਫੀ ਊਰਜਾ ਜਾਂ ਤਾਪ ਊਰਜਾ ਜਿਹੜੀ ਬੇਅਰਥ ਚਲੀ ਜਾਂਦੀ ਹੈ। ਹਾਂਜੀ ਬੱਚਿਓ। ਅਗਲਾ ਸਾਡੇ ਕੋਲੇ 10ਵਾਂ ਔਰ ਲਾਸਟ ਪ੍ਰੇਸ਼ਨ ਹੈ ਜਿਹਦਾ ਵਰਣਨ ਕਰੋ ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਦੀ ਸ਼ਕਲ ਹਮੇਸ਼ਾ ਵਿਸ਼ੇਸ਼ ਕਿਸਮ ਦੀ ਹੈ ਜਿਹੜੀ ਹੁੰਦੀ ਹੈ? ਕਿਉਂ ਹੁੰਦੀ ਆ? ਹਾਂਜੀ ਬੱਚਿਓ। ਤਰਲ ਵਿੱਚ ਚੱਲ ਰਹੀ ਕਿਸੇ ਵਸਤੂ ਦੇ ਤਰਲ ਦੁਆਰਾ ਲੱਗ ਰਿਹਾ ਰਗੜਵਲ ਵਸਤੂ ਦੇ ਧਾਰ ਤੇ ਨਿਰਭਰ ਕਰਦਾ ਹੈ। ਇਸ ਲਈ ਰਗੜ ਵਾਲੇ ਘਟਾ ਕੇ ਵਸਤੂ ਨੂੰ ਤੇਜ਼ ਗਤੀ ਨਾਲ ਚਲਾਉਣ ਲਈ ਵਸਤੂ ਨੇ ਜਿਹੜੀ ਵਿਸ਼ੇਸ਼ਕ ਲਾ ਜਿਹੜੀ ਪ੍ਰਦਾਨ ਹੈ ਜਿਹੜੀ ਕੀਤੀ ਜਾਂਦੀ ਹੈ ਤੁਸੀਂ ਦੇਖਦੇ ਹੋ ਜਿਵੇਂ ਕਿ ਜਹਾਜ਼ ਵਗੈਰਾ ਚੱਲਦੇ ਨੇ ਉਹ ਮਰੂ ਨੁਕੇਲੇ ਹੁੰਦੇ ਨੇ ਉਹ ਇਸੇ ਕਰਕੇ ਹੁੰਦੇ ਨੇ ਤਾਂ ਕਿ ਥੋੜੀ ਜਿਹੀ ਰਗੜ ਹੋਏ ਜਿਹੜੀ ਘਟਾਈ ਜਾ ਸਕੇ ਤੇ ਉਹ ਆਸਾਨੀ ਨਾਲ ਲੱਗੇ ਚੱਲ ਸਕਣ ਹਾਂਜੀ ਬੱਚਿਓ ਮੈਨੂੰ ਉਮੀਦ ਹੈ ਤੁਸੀਂ ਦੁਹਰਾਈਏ ਜਿਹੜੀ ਕਰ ਲਈ ਹੈ ਇਹਨੂੰ ਵੀਡੀਓ ਨੂੰ ਇੱਕ ਜਾਂ ਦੋ ਵਾਰ ਦੁਬਾਰਾ ਫੇਰ ਸੁਣਨਾ ਹਾਂਜੀ ਬੱਚਿਓ ਤੇ ਆਪਦੀ ਕਿਤਾਬ ਦਾ ਇਹ ਪਾਠ ਵੀ ਹੈ ਜਿਹੜੇ ਜਰੂਰ ਪੜ੍ਹ ਕੇ ਦੇਖਣਾ ਤਾਂ ਕਿ ਅਭਿਆਸ ਦੇ ਪ੍ਰੈਸ਼ਨ ਇਹਦੇ ਦੌਰਾਈ ਇਹ ਵੀ ਫੇਰ ਦੁਆਰਾ ਹੋ ਸਕੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲਗੀ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਕੇ ਦਸੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਓ ਸ਼ੇਅਰ ਕਰਿਓ ਤਾਂ ਕਿ ਬਾਕੀ ਬੱਚਿਆਂ ਦਾ ਜਿਹੜਾ ਫਾਇਦਾ ਹੋ ਸਕੇ ਹੁਣ ਤੱਕ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਸ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਜਾਣਨ ਲਈ ਜੋ ਉੱਥੇ ਬੈਲ ਆਈਕਨ ਦਾ ਬਟਨ ਆਏਗਾ ਕਿਸ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਬੰਦਾ ਬੱਚੋ ਬਹੁਤ ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ